ਦੇਖੋ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਤੋੜਨ ਦਾ ਯਤਨ ਕੀਤਾ ਸੀ, ਲਗਾਤਾਰ ਅਸੀਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਲੀਡਰ ਆਫ ਅਪੋਜੀਸ਼ਨ ਬਦਲੇ ਗਏ, ਜਦੋਂ ਉਹਨਾਂ ਦੀ ਜਗ੍ਹਾ 'ਤੇ ਮੈਨੂੰ ਲਾਇਆ ਗਿਆ, ਉਸ ਸਮੇਂ ਉਹਨਾਂ ਦੇ ਪੰਜਾਬੀਅਤ ਜਾਗ ਪਈ, ਉਸ ਸਮੇਂ ਉਹਨਾਂ ਨੂੰ ਪੰਜਾਬ ਦੇ ਮਸਲੇ ਜਾਗ ਪਏ। ਮੈਂ ਸਮਝਦਾ ਉਹਨਾਂ ਨੂੰ ਬੜਾ ਵੱਡਾ ਕੁਰਸੀ ਦਾ ਲਾਲਚ ਆ, ਬਹੁਤ ਵੱਡਾ ਕੁਰਸੀ ਮੂਵ ਆ ਉਹਨਾਂ ਨੂੰ, ਇਸ ਗੱਲ ਕਰਕੇ ਉਹ ਲਗਾਤਾਰ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਸੀਗੇ। ਜੇ ਅੱਜ ਉਹਨਾਂ ਨੂੰ ਕੱਢਿਆ ਗਿਆ ਤਾਂ ਕਾਨੂੰਨ ਦੇ ਮੁਤਾਬਕ ਕੱਢਿਆ ਗਿਆ। ਦੋਸ਼ ਉਦੋਂ ਲਾਉਣੇ ਚਾਹੀਦੇ ਨੇ ਜਦੋਂ ਪਾਰਟੀ 'ਚ ਹੋਵੇ, ਉਦੋਂ ਗੱਲ ਕਰਨੀ ਚਾਹੀਦੀ ਵੀ ਮੈਂ ਜਦੋਂ ਪਾਰਟੀ 'ਚ ਆ ਗੱਲ ਹੋ ਰਹੀ ਹੈ ਤਾਂ ਹਿਸਾਬ ਕਿਤਾਬ ਦਿਓ। ਹੁਣ ਜਦੋਂ ਪਾਰਟੀ 'ਚੋਂ ਨਿਕਲ ਗਿਆ ਫਿਰ ਤਾਂ ਹਰੇਕ ਬੰਦਾ ਦੋਸ਼ ਲਾਉਂਦਾ ਹੁੰਦਾ, ਇਹਨਾਂ ਦਾ ਕੋਈ ਆਧਾਰ ਨਹੀਂ। ਸਾਨੂੰ ਐਲ ਓ ਪੀ ਦੇ ਅਹੁਦੇ ਨਾਲ ਕੋਈ ਪਿਆਰ ਨਹੀਂ, ਅਸੀਂ ਆਪ ਲੋਕਾਂ ਦੇ ਮੁੱਦੇ ਇਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਚੁੱਕੇ ਨੇ ਸੜਕਾਂ 'ਤੇ ਆ ਕੇ ਚੁੱਕਾਂਗੇ ਔਰ ਚੁੱਕਦੇ ਰਹਾਂਗੇ। ਆਮ ਆਦਮੀ ਪਾਰਟੀ ਇਸ ਵੇਲੇ ਪੂਰੇ 605 ਦੇ ਵਿੱਚ ਹੈਗੀ ਆ। ਕੁਝ MLA ਨੇ ਅਸਤੀਫਾ ਦੇ ਦਿੱਤਾ ਅਤੇ ਉੱਧਰੋਂ ਆਮ ਆਦਮੀ ਪਾਰਟੀ ਆਪਣੇ ਖਿਲਾਫ਼ ਜਿਹੜੇ MLA ਦੇ ਖਿਲਾਫ਼ ਜਿਹੜੇ ਆ ਉਹ ਵੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਕੱਲ੍ਹ ਹੀ ਇਹ ਜਿਹੜਾ ਆ ਸਪੀਕਰ ਸਾਹਿਬ ਨੂੰ ਮਿਲੇ ਨੇ। ਸਾਡੇ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਹੈਗੇ ਆ। ਚੀਮਾ ਸਾਹਿਬ, ਲੋਕਾਂ ਦਾ ਕੀ ਕਸੂਰ ਆ? ਉੱਧਰੋਂ ਖਹਿਰਾ ਸਾਹਿਬ ਆਪਣੇ ਪੱਧਰ 'ਤੇ ਕਹਿੰਦੇ ਮੈਂ ਸਹੀ ਹਾਂ, ਤੁਸੀਂ ਕਹਿੰਦੇ ਹੋ ਆਪਣੇ ਪੱਧਰ 'ਤੇ ਤੁਸੀਂ ਸਹੀ, ਲੋਕਾਂ ਦਾ ਕੀ ਕਸੂਰ ਆ? ਕਿਉਂਕਿ ਹਲਕੇ ਤਾਂ ਉਹਨਾਂ ਦੇ ਖਾਲੀ ਹੋ ਜਾਣੇ ਨਾ, ਸੀਟਾਂ ਉਹਦੀਆਂ ਖਾਲੀ ਹੋ ਜਾਣੀਆਂ। ਦੇਖੋ, ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਤੋੜਨ ਦਾ ਯਤਨ ਕੀਤਾ ਸੀ, ਲਗਾਤਾਰ ਅਸੀਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਲੀਡਰ ਆਫ ਅਪੋਜੀਸ਼ਨ ਬਦਲੇ ਗਏ, ਜਦੋਂ ਉਹਨਾਂ ਦੀ ਜਗ੍ਹਾ 'ਤੇ ਮੈਨੂੰ ਲਾਇਆ ਗਿਆ, ਉਸ ਸਮੇਂ ਉਹਨਾਂ ਦੇ ਪੰਜਾਬੀਅਤ ਜਾਗ ਪਈ, ਉਸ ਸਮੇਂ ਉਹਨਾਂ ਨੂੰ ਪੰਜਾਬ ਦੇ ਮਸਲੇ ਜਾਗ ਪਏ, ਉਸ ਸਮੇਂ ਉਹਨਾਂ ਨੂੰ ਲੱਗਣ ਲੱਗ ਗਿਆ ਅਰਵਿੰਦ ਕੇਜਰੀਵਾਲ ਜੀ ਮਾੜਾ ਗਿਆ, ਉਸ ਸਮੇਂ ਲੱਗਣ ਲੱਗ ਗਿਆ ਭਗਵੰਤ ਮਾਨ ਮਾੜਾ ਗਿਆ, ਉਸ ਸਮੇਂ ਲੱਗਣ ਲੱਗ ਗਿਆ ਅਰਵਿੰਦ ਕੇਜਰੀਵਾਲ ਡਿਕਟੇਟਰਸ਼ਿਪ ਆ। ਉਸ ਤੋਂ ਪਹਿਲਾਂ ਚੁੱਪ ਸੀਗੇ। ਮੈਂ ਸਮਝਦਾ ਉਹਨਾਂ ਨੂੰ ਬੜਾ ਵੱਡਾ ਕੁਰਸੀ ਦਾ ਲਾਲਚ ਆ, ਬਹੁਤ ਵੱਡਾ ਕੁਰਸੀ ਮੂਵ ਆ ਉਹਨਾਂ ਨੂੰ, ਇਸ ਗੱਲ ਕਰਕੇ ਉਹ ਲਗਾਤਾਰ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਸੀਗੇ। ਜੇ ਅੱਜ ਉਹਨਾਂ ਨੂੰ ਕੱਢਿਆ ਗਿਆ ਤਾਂ ਕਾਨੂੰਨ ਦੇ ਮੁਤਾਬਕ ਕੱਢਿਆ ਗਿਆ, ਜਿਹੜਾ ਹਿੰਦੁਸਤਾਨ ਦਾ ਕਾਨੂੰਨ ਆ ਹਰ ਵਿਅਕਤੀ ਲਈ ਲਾਗੂ ਹੁੰਦਾ ਗਾ, ਹਰ ਵਿਅਕਤੀ ਨੇ ਕਾਨੂੰਨ ਮੰਨਣਾ ਹੁੰਦਾ ਗਾ। ਕਾਨੂੰਨ ਮੁਤਾਬਕ ਇਹ ਆ, 10ਵੇਂ ਸ਼ਡਿਊਲ ਦੇ ਵਿੱਚ ਲਿਖਿਆ ਗਿਆ, ਜਿਹੜਾ ਵਿਅਕਤੀ ਕੋਈ ਵੀ ਵਿਅਕਤੀ ਕਹੇ ਕੱਲ੍ਹ ਨੂੰ ਮੈਂ ਆ, ਜੇਕਰ ਮੈਂ ਪਾਰਟੀ ਵਿਰੋਧੀ ਕਾਰਵਾਈਆਂ ਕਰਦਾ ਜਾਂ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਛੱਡਦਾਗਾ ਤਾਂ ਮੇਰਾ ਜਿਹੜਾ MLA ਦਾ ਉਹਦਾਗਾ ਉਹ ਜਾਣਾ ਲਾਜ਼ਮੀ ਆ। ਅੱਛਾ, ਟੈਕਨੀਕਲ ਗੱਲ ਕਰੀਏ, ਜੇ ਐਂਟੀ ਡਿਫੈਕਸ਼ਨ ਲਾਅ ਦੀ ਤੁਸੀਂ ਗੱਲ ਕੀਤੀ, ਕੱਲ੍ਹ ਰਾਣਾ KP ਸਿੰਘ ਹੋਣਾ ਨੂੰ ਵੀ ਮਿਲੇ ਹੋ, ਉਹ ਕਹਿੰਦੇ ਕਿ ਉਸ ਤੋਂ ਬਾਅਦ ਲੋਅਰ ਕੋਰਟ ਦੇ ਵਿੱਚ ਕੇਸ ਚੱਲ ਜੂਗਾ, ਹਾਈਕੋਰਟ ਚੱਲ ਜੂ, ਸੁਪਰੀਮ ਕੋਰਟ ਚੱਲ, 3 ਸਾਲ ਤਾਂ ਇੱਦਾਂ ਲੰਘ ਜਾਣਗੇ, ਕੋਈ ਫਰਕ ਪੈਣ ਵਾਲਾ ਹੀ ਨਹੀਂ ਉਹਨਾਂ ਨੂੰ। ਦੇਖੋ, ਗੱਲ ਰਹੀ ਕੇਸਾਂ ਦੀ, ਪਰ ਲੇਕਿਨ ਜਿਹੜਾ ਐਂਟੀ ਡਿਫੈਕਸ਼ਨ ਲਾਅ ਗਾ ਉਹ ਇਹ ਗੱਲ ਕਹਿੰਦਾ ਗਾ ਵੀ ਜਿਹੜਾ ਵਿਅਕਤੀ ਆਪਣੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਪਾਰਟੀ 'ਚ ਅਸਤੀਫਾ ਦੇ ਜਾਂਦਾ ਗਾ ਤਾਂ ਉਹਦੀ MLA ਜਾਣੀ ਸੀ ਤੈਅ ਹੈਗੀ। ਇਹ ਕਾਨੂੰਨ ਕਹਿੰਦਾ, ਮੈਂ ਨਹੀਂ ਕਹਿੰਦਾ, ਕਾਨੂੰਨ ਹਿੰਦੁਸਤਾਨ 'ਚ ਹਿੰਦੁਸਤਾਨ ਦੀ ਪਾਰਲੀਮੈਂਟ ਨੇ ਬਣਾਇਆ। ਇਹ ਤਾਂ ਬਣਾਇਆ ਸੀ ਵੀ ਜਦੋਂ ਹਿੰਦੁਸਤਾਨ ਦੇ ਵਿੱਚ ਕੀ ਹੋ ਰਿਹਾ ਸੀਗਾ, ਆਇਆ ਰਾਮ ਗਿਆ ਰਾਮ, ਸ਼ਾਮ ਨੂੰ MP ਇੱਧਰ ਹੁੰਦਾ ਸੀ, ਸਵੇਰੇ ਉੱਧਰ ਹੁੰਦਾ ਸੀਗਾ। ਸੋ ਹਿੰਦੁਸਤਾਨ ਦੇ ਇਸ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਸੀਗਾ ਔਰ ਲੋਕਾਂ ਦੀ ਮੰਗ 'ਤੇ ਕਾਨੂੰਨ ਬਣਿਆ ਸੀ ਐਂਟੀ ਡਿਫੈਕਸ਼ਨ ਲਾਅ। ਉਹ ਐਂਟੀ ਡਿਫੈਕਸ਼ਨ ਲਾਅ ਪੰਜਾਬ ਵਿੱਚ ਵੀ ਲਾਗੂ ਹੁੰਦਾ ਗਾ, ਹਿੰਦੁਸਤਾਨ 'ਚ ਵੀ ਲਾਗੂ ਹੁੰਦਾ। ਸੋ ਲਾਅ ਦੇ ਤਹਿਤ ਕਾਰਵਾਈ ਹੋ ਰਹੀ ਹੈ। ਅੱਛਾ, ਇੱਕ ਗੱਲ ਇਹ ਦੱਸੋ ਕਿ ਸੁੱਚਾ ਸਿੰਘ ਛੋਟੇਪੁਰ ਹੋਣੀ ਕਹਿੰਦੇ ਕਿ ਪੰਜਾਬੀਆਂ ਨੇ ਵਿਧਾਨ ਸਭਾ ਦੀਆਂ ਵੋਟਾਂ ਦੇ ਵਿੱਚ 300 ਕਰੋੜ ਰੁਪਈਆ ਦਿੱਤਾ ਆਮ ਆਦਮੀ ਪਾਰਟੀ ਨੂੰ, ਅਜੇ ਤੱਕ ਉਹਦਾ ਹਿਸਾਬ ਨਹੀਂ ਹੈਗਾ, ਤੁਹਾਡੇ ਕੋਲ ਹੈਗਾ ਹਿਸਾਬ ਉਹਨਾਂ ਦਾ? ਦੇਖੋ, ਮੈਂ ਸਮਝਦਾ ਵੀ ਜਦੋਂ ਕੋਈ ਵਿਅਕਤੀ ਪਾਰਟੀ 'ਚ ਚਲਿਆ ਜਾਂਦਾ ਜਾਂ ਉਹਨੂੰ ਕੱਢ ਦਿੱਤਾ ਜਾਂਦਾ ਜਾਂ ਉਹਦੀਆਂ ਗਲਤੀਆਂ ਕਰਕੇ ਉਹਨੂੰ ਪਾਰਟੀ 'ਚੋਂ ਰਿਮੂਵ ਕੀਤਾ ਜਾਂਦਾ, ਉਸ ਤੋਂ ਬਾਅਦ ਅਜਿਹੇ ਦੋਸ਼ ਹਰੇਕ ਵਿਅਕਤੀ ਲਾਉਂਦਾ ਗਾ। ਦੋਸ਼ ਉਦੋਂ ਲਾਉਣੇ ਚਾਹੀਦੇ ਨੇ ਜਦੋਂ ਪਾਰਟੀ 'ਚ ਹੋਵੇ, ਉਦੋਂ ਗੱਲ ਕਰਨੀ ਚਾਹੀਦੀ ਹੈ ਵੀ ਮੈਂ ਜਦੋਂ ਪਾਰਟੀ 'ਚ ਆ ਵਿਆਹ ਗੱਲ ਹੋ ਰਹੀ ਹੈ ਤਾਂ ਹਿਸਾਬ ਕਿਤਾਬ ਦਿਓ। ਹੁਣ ਜਦੋਂ ਪਾਰਟੀ 'ਚੋਂ ਨਿਕਲ ਗਿਆ ਫਿਰ ਤਾਂ ਹਰੇਕ ਬੰਦਾ ਦੋਸ਼ ਲਾਉਂਦਾ, ਇਹਨਾਂ ਦਾ ਕੋਈ ਆਧਾਰ ਨਹੀਂ ਹੈਗਾ। ਅੱਛਾ, ਇੱਕ ਗੱਲ ਹੋ ਰਿਹਾ ਕਿ ਕਿਤੇ ਨਾ ਕਿਤੇ ਵਿਰੋਧੀ ਧਿਰ ਦੇ ਅਹੁਦੇ ਦੀ ਜਿਹੜੀ ਹੈ ਗੱਲ ਉੱਠ ਰਹੀ ਹੈ ਕਿ ਤੁਸੀਂ ਆਪਣੇ ਪੱਧਰ 'ਤੇ ਲੜ ਰਹੇ ਹੋ, ਉੱਧਰ ਸੁਖਪਾਲ ਖਹਿਰਾ ਆਪਣੇ 'ਤੇ, ਫਾਇਦਾ ਇਹਦੇ ਵਿੱਚ ਅਕਾਲੀ ਦਲ ਨੂੰ ਹੋ ਰਿਹਾ? ਦੇਖੋ, ਆਮ ਆਦਮੀ ਪਾਰਟੀ ਅਹੁਦਿਆਂ ਲਈ ਨਹੀਂ ਬਣੀ ਹੈਗੀ, ਆਮ ਆਦਮੀ ਪਾਰਟੀ ਲੋਕਾਂ ਦੇ ਕੰਮਾਂ ਕਰਨ ਲਈ ਬਣੀ ਆ। ਬੜੇ ਸਪੱਸ਼ਟ ਹਾਂ, ਅਸੀਂ ਤਾਂ ਆਪਣੀ ਜਿਹੜੀ 49 ਦਿਨ ਦੀ ਦਿੱਲੀ ਸਰਕਾਰ ਸੀ ਉਹ ਦਾਅ 'ਤੇ ਲਾ ਕੇ ਰਿਜ਼ਾਈਨ ਦੇ ਕੇ ਦੁਬਾਰਾ ਲੋਕਾਂ 'ਚ ਗਏ ਸੀ ਔਰ ਲੋਕਾਂ ਨੇ ਸਾਨੂੰ ਬਹੁਤ ਵੱਡਾ ਫਤਵਾ ਦਿੱਤਾ ਸੀਗਾ। 17 ਚੋਂ 67 ਸੀਟਾਂ ਆਈਆਂ ਸੀਗੀਆਂ। ਸਾਨੂੰ LOP ਦੇ ਅਹੁਦੇ ਨਾਲ ਕੋਈ ਪਿਆਰ ਨਹੀਂ, ਅਸੀਂ ਆਮ ਲੋਕਾਂ ਦੇ ਮੁੱਦੇ ਇਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਚੁੱਕੇ ਨੇ ਸੜਕਾਂ 'ਤੇ ਆ ਕੇ ਚੁੱਕਾਂਗੇ ਔਰ ਚੁੱਕਦੇ ਰਹਾਂਗੇ। 20 ਤਰੀਕ ਨੂੰ ਅਰਵਿੰਦ ਕੇਜਰੀਵਾਲ ਹੋਣੀ ਬਰਨਾਲਾ ਵਿਖੇ ਆ ਰਹੇ ਨੇ, ਕਿਹੜੇ ਮੁੱਦੇ ਤੋਂ ਰੈਲੀ ਹੋਣ ਜਾ ਰਹੀ ਹੈ? 19 ਅਗਸਤ ਤੱਕ ਉਹ ਕਰ ਦੇਣਗੇ, ਪਰ ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਸਭ ਤੋਂ ਵੱਡਾ ਮੁੱਦਾ ਕਿਹੜਾ ਜਿਹੜਾ ਉਹ ਆਣ ਕੇ ਉੱਥੇ ਚੱਕਣਗੇ? ਦੇਖੋ, ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਕੈਪਟਨ ਸਾਹਿਬ ਨੇ ਕਿਹਾ ਸੀ ਹਰ ਘਰ ਨੌਕਰੀ ਹਰ ਘਰ ਰੁਜ਼ਗਾਰ, ਬੇਰੁਜ਼ਗਾਰੀ ਦਾ ਮੁੱਦਾ ਉਸੇ ਤਰ੍ਹਾਂ ਸਟੈਂਡ ਕਰ ਰਿਹਾ ਜਿਵੇਂ 2017 'ਚ ਕਰ ਰਹੇ, ਅੱਜ 2019 ਹੋ ਚੁੱਕਿਆ ਗਾ। ਪੰਜਾਬ ਦੇ ਵਿੱਚ ਵਪਾਰੀਆਂ ਦਾ ਬਹੁਤ ਵੱਡਾ ਮੁੱਦਾ ਸੀਗਾ, ਵਪਾਰੀਆਂ ਸਹੂਲਤਾਂ ਦਾ ਮੁੱਦਾ ਸੀ ਉਸੇ ਤਰ੍ਹਾਂ ਕਾਇਮ ਆ ਜਿਸ ਤਰ੍ਹਾਂ ਪਹਿਲਾਂ ਸੀਗਾ। ਪੰਜਾਬ ਵਿੱਚ ਦਲਿਤ ਭਰਾਵਾਂ ਦਾ ਮੁੱਦਾ ਸੀਗਾ, ਉਹਨਾਂ ਦੀਆਂ ਨੌਕਰੀਆਂ, ਉਹਨਾਂ ਦੀ ਰਿਜ਼ਰਵੇਸ਼ਨ, ਉਹਨਾਂ ਦੀ ਜਿਹੜੀ ਕਰਜ਼ਾ ਮਾਫ਼ੀ, ਉਹਨਾਂ ਦੇ 5 ਮਰਲੇ ਪਲਾਟ, ਪੰਜਾਬ ਵਿੱਚ 1% ਉਹਨਾਂ ਦੇ ਕੰਮ ਨਹੀਂ ਹੋਇਆ। ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਸੀ ਕਿਸਾਨਾਂ ਦਾ, ਕਿਹਾ ਗਿਆ ਸੀਗਾ ਸਵਾਮੀਨਾਥਨ ਰਿਪੋਰਟ ਲਾਗੂ ਹੋਊਗੀ, ਕਿਹਾ ਗਿਆ ਸੀ ਉਹਨਾਂ ਦਾ ਪੂਰੇ ਕਰਜ਼ੇ ਦਾ ਲਕੀਰ ਮੰਗੂ ਬਜੂਗੀ, ਹਜੇ ਤੱਕ ਸਿਰਫ 0.38%
ਕੀ ਉਸ ਮੰਚ ਦੇ ਉੱਪਰ ਉਹ ਨਸ਼ਿਆਂ ਦੀ ਮਾਫ਼ੀ ਬਾਰੇ ਗੱਲ ਕਰਨਗੇ? ਦੇਖੋ, ਇਹ ਸਰਦਾਰ ਭਗਵੰਤ ਸਿੰਘ ਮਾਨ ਸਪੱਸ਼ਟ ਕਰ ਸਕਦੇ ਨੇ, ਪਰ ਮੈਂ ਸਪੱਸ਼ਟ ਕਹਿਣਾ ਗਾ ਵੀ ਸਾਰੇ ਮੁੱਦਿਆਂ 'ਤੇ, ਹਰੇਕ ਮੁੱਦੇ 'ਤੇ ਸਾਰੇ ਬੁਲਾਰੇ ਸਾਡੇ ਹੈਗੇ ਨੇ, ਅਰਵਿੰਦ ਕੇਜਰੀਵਾਲ ਤੋਂ ਲੈ ਕੇ ਸਾਰੇ MLA ਤੱਕ, ਸਾਰੇ ਜ਼ੋਨ ਇੰਚਾਰਜ ਤੱਕ, ਸਾਰੇ ਜ਼ਿਲ੍ਹਾ ਪ੍ਰਧਾਨ ਤੱਕ, ਸਾਰੇ ਉਸ ਰੈਲੀ 'ਚ ਬੋਲਣਗੇ ਔਰ ਸਾਰੇ ਹਰ ਮੁੱਦੇ 'ਤੇ ਸਪੱਸ਼ਟ ਰਾਏ ਦੇਣਗੇ। ਇਸ ਵਾਰ ਮਜੀਠੀਆਂ ਨੂੰ ਕਹਿਣਗੇ ਮਾਫ਼ੀ? ਜਿਹੜਾ ਕਹਿੰਦਾ ਇਹ ਸਾਰੇ ਮੁੱਦੇ ਮਜੀਠੀਆ ਸਾਹਿਬ ਤੋਂ ਲੈ ਕੇ ਜਿੰਨੇ ਮੁੱਦੇ ਨੇ, ਚਾਹੇ ਪੰਜਾਬ 'ਚ ਡਰੱਗ ਦਾ ਮੁੱਦਾ, ਜਿੰਨੇ ਵੀ ਮੁੱਦੇ, ਤੁਹਾਨੂੰ ਸਾਰਿਆਂ ਨੂੰ ਮੈਂ ਗਿਣਿਆ ਤੋਂ ਪਹਿਲਾਂ ਸਾਰੇ ਮੁੱਦੇ ਨੂੰ ਲੈ ਗੱਲ ਕਰਾਂਗੇ। ਧੰਨਵਾਦ। ਸੋ ਇਹ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਜਿਨ੍ਹਾਂ ਦਾ ਕਹਿਣਾ ਕਿ ਬਰਨਾਲਾ ਵਿਖੇ ਜੋ 20 ਤਰੀਕ ਨੂੰ ਰੈਲੀ ਹੋਣ ਜਾ ਰਹੀ ਆ ਉਹਦੇ ਉੱਪਰ ਹਰ ਇੱਕ ਮੁੱਦੇ ਦੇ ਉੱਪਰ ਘੇਰਨਗੇ, ਪਰ ਨਸ਼ਿਆਂ ਦਾ ਮੁੱਦਾ ਇੱਕ ਅਹਿਮ ਹੋਊਗਾ, ਕਿਉਂਕਿ ਨਸ਼ਾ ਮੁੱਦਾ ਜਿਹੜਾ ਆ ਉਹ 2017 ਦੀਆਂ ਚੋਣਾਂ ਦੇ ਵਿੱਚ ਚੱਕਿਆ ਸੀ, ਪਰ ਉਸ ਤੋਂ ਬਾਅਦ ਮਾਫ਼ੀ ਮੰਗ ਲਈ ਸੀ। ਹੁਣ ਫਿਰ ਇਹ ਕਹਿ ਰਹੇ ਆ ਕਿ ਨਸ਼ਿਆਂ ਦੇ ਉੱਪਰ ਮਜੀਠੀਆ ਸਾਹਿਬ ਨੂੰ ਘੇਰਨਗੇ, ਪਰ ਹੁਣ ਕਿਹੜੇ ਮੂੰਹ ਨਾਲ ਘੇਰਨਗੇ ਇਹ ਵੀ 20 ਤਰੀਕ ਨੂੰ ਜਿਹੜਾ ਆ ਪਤਾ ਲੱਗ ਜਾਵੇਗਾ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।